ਲੰਡਨ ਵਿੱਚ 12 ਅਗਸਤ ਨੂੰ ਹੋ ਰਹੀ ਖਾਲਿਸਤਾਨ ਸਮਰਥਕਾਂ ਦੀ ਰੈਲੀ ਤੇ ਰੋਕ ਲਾਉਣ ਵਾਲੀ ਭਾਰਤ ਸਰਕਾਰ ਦੀ ਅਪੀਲ ਨੂੰ ਬ੍ਰਿਟੇਨ ਸਰਕਾਰ ਨੇ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਹੈ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਕੀਤੇ ਜਾਣ ਵਾਲੇ ਅਹਿੰਸਕ ਪ੍ਰਦਰਸ਼ਨਾਂ ਤੇ ਰੋਕ ਨਹੀਂ ਲਾ ਸਕਦੇ। ਬ੍ਰਿਟੇਨ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਭਾਰਤ ਵਿੱਚ ਸਿਆਸਤ ਗਰਮਾ ਗਈ ਹੈ। ਕਿਸੇ ਵੇਲੇ ਯੂਥ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਆਪੇ ਬਣੇ ਚੇਅਰਮੈਨ ਮਨਿੰਦਰਜੀਤ ਬਿੱਟਾ ਨੇ ਦਿੱਲੀ ਵਿੱਚ ਇਸ ਮਸਲੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਹੋਰ ਸਮਰਥਕ ਵੀ ਮੌਜੂਦ ਰਹੇ। ਪੁਲਸੀਆ ਪਹਿਰੇ ਵਿੱਚ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਦਾ ਮਕਸਦ ਵਿਦੇਸ਼ਾਂ ਵਿੱਚ ਰੈਫਰੈਂਡਮ 2020 ਦੇ ਚਰਚੇ ਨੂੰ ਲਗਾਮ ਲਾਉਣਾ। ਕਾਬਲ ਗੌਰ ਹੈ ਕਿ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਨੂੰ ਲੈ ਕੇ ਲੰਡਨ ਵਿੱਚ 2020 ਵਿੱਚ ਰਾਜਸ਼ੁਮਾਰੀ ਹੋਵੇਗੀ, ਜਿਸ ਨੂੰ ਲੰਡਨ ਐਲਾਨਨਾਮੇ ਦਾ ਨਾਮ ਵੀ ਦਿੱਤਾ ਗਿਆ ਹੈ। ਜੋ ਯੂਕੇ ਗਵਰਨਮੈਂਟ ਇਨ ਟੈਰਰਿਸਟੋ ਕੋ ਜੋ ਹਮਾਰੇ ਰਾਸ਼ਟਰ ਕੋ ਤੋੜਨਾ ਚਾਹਤੇ ਹੈ, ਜੋ ਪੰਜਾਬ ਮੇ ਖਾਲਿਸਤਾਨ ਕੀ ਮੰਗ ਕਰ ਰਹੇ ਹੈ, ਪੰਜਾਬ ਕੇ ਅੰਦਰ ਖਾਲਿਸਤਾਨ ਕੀ ਕੋਈ ਐਸੀ ਬਾਤ ਨਹੀਂ ਹੈ, ਤੋ ਯੂਕੇ ਗਵਰਨਮੈਂਟ ਕੋ ਅਲਰਟ ਕਰਨਾ ਚਾਹਤੇ ਹੈ ਕਿ ਯੇ ਟੈਰਰਿਸਟ ਹੈ, ਇਨਕੋ ਹਿੰਦੁਸਤਾਨ ਕੇ ਹਵਾਲੇ ਕਰੋ, ਇਨਕੋ ਬਿਲਕੁਲ ਪਰਮਿਸ਼ਨ ਨਾ ਦੋ ਕਿ ਜੋ ਵਹਾਂ ਖਾਲਿਸਤਾਨ ਕੇ ਮੈਮੋਰੈਂਡਮ ਕੀ ਖਾਲਿਸਤਾਨ ਕੀ ਬਾਤ ਕਰ ਰਹੇ ਹੈ, ਯੇ ਬਿਲਕੁਲ ਯਹਾਂ ਪੇ ਨਹੀਂ ਹੋਣੀ ਚਾਹੀਏ। ਇਸਕੇ ਪੀਛੇ ਟੋਟਲ ISI ਕਾ ਇਨਵੋਲਵਮੈਂਟ ਹੈ, ਮੁਖੱਟੇ ਯੇ ਹੈ, ਪੀਛੇ ISI ਹੈ। ਔਰ ਯੂਕੇ ਗਵਰਨਮੈਂਟ ਕੋ ਕਹੂੰਗਾ ਕਿ ਆਪਕੇ ਵੀ ਵਹਾਂ ਬੰਬ ਬਲਾਸਟ ਹੋਏ ਹੈ, ISI ਕੀ ਸਾਜਿਸ਼ ਹੋਤੀ ਹੈ, ਤੋ ਆਪ ਐਸੇ ਲੋਗੋਂ ਕੋ ਸ਼ਰਨ ਕਿਉਂ ਦੇਤੇ ਹੈ, ਇਨਕੋ ਹਮਾਰੇ ਕੰਟਰੀ